ਦੋਸਤੋ, ਮੈਂ ਇੱਕ ਵੀਡੀਓ ਵੇਖੀ ਸੀ ਯੂਟਿਊਬ 'ਤੇ, ਜਿਹੜੀ ਕਿ ਬੁਲਟਰਾਂ ਰਿਲੇਟਡ ਸੀ। ਬੁਲਟ ਨੂੰ ਰੀਵਿਊ ਕੀਤਾ ਗਿਆ ਸੀ, ਨਵੇਂ ਬੁਲਟ ਨੂੰ, ਕਲਾਸਿਕ ਨੂੰ। ਹੁਣ ਆਹ ਸਾਹਮਣੇ ਬੁਲਟ ਵੇਖੋ ਦੋਸਤੋ, 2004 ਮਾਡਲ ਆ, ਅਤੇ ਮੈਨੂੰ ਚਲਾਉਂਦਿਆਂ 14 ਸਾਲ ਹੋ ਗਏ ਆ। 350 ਸੀਸੀ ਆ ਲੈਕਟਰਾ, ਅਤੇ ਲਗਭਗ 1 ਲੱਖ ਕਿਲੋਮੀਟਰ 'ਤੇ ਅਰਾਊਂਡ ਮੈਂ ਇਹਨੂੰ ਚਲਾ ਚੁੱਕਿਆ। ਆਹ ਮੋਟਰ ਨੂੰ ਮੀਟਰ ਹੁਣ ਇਹਦਾ ਚੇਂਜ ਹੋ ਗਿਆ, ਨਵਾਂ ਪੈ ਗਿਆ। ਪਹਿਲਾਂ ਮੀਟਰ 80,000 ਦੇ ਕਰਕੇ, ਅਤੇ ਇਹ ਵੀ ਹੁਣ 20,000 ਹੋ ਗਿਆ। ਅਤੇ ਮੈਂ ਦੋਸਤੋ ਕੁਛ ਉੱਤਰ ਦੇਣਾ ਚਾਹੁੰਦਾ ਵਾਂ ਮੋਟਰਸਾਈਕਲ ਦੇ। ਪਹਿਲੇ ਨੰਬਰ 'ਤੇ ਇਹਦੇ ਇੱਕ ਆਂਸਰ ਦਿੱਤਾ ਸੀ, ਕੁਸ਼ਚਨ ਨੂੰ ਆਪੇ ਪੁੱਟ ਕੀਤਾ, ਆਂਸਰ ਵੀ ਆਪੇ ਪੁੱਟ ਕੀਤਾ ਸੀ। ਇੱਕ ਕਲਿੱਪ ਵਿੱਚ ਕਿਸੇ ਦਾ ਕਲਿੱਪ ਸੀ, ਉਹ ਕਲਾਸਿਕ ਦੀ 2 ਸੀਟਾਂ ਹੁੰਦੀਆਂ, ਡਬਲ ਸੀਟ ਹੁੰਦੀ ਆ। ਅਗਲੀ ਸੀਟ 'ਤੇ ਕੰਫਰਟੇਬਲ ਆ, ਪਰ ਮਗਰਲੀ ਕੰਫਰਟੇਬਲ ਨਹੀਂ ਆ, ਪਰ ਉਹ ਕੰਫਰਟੇਬਲ ਹੋ ਸਕਦੀ ਹੈ, ਕੀਤੀ ਜਾ ਸਕਦੀ ਆ। ਉਹਦਾ ਦੋਸਤੋ ਫਾਲਟ ਕੀ ਆ, ਇਹ ਸੀਟ ਦੀ ਜਿਹੜੀ ਚੌੜਾਈ ਆ ਨਾ, ਇਹ ਠੀਕ ਆ, ਚੌੜਾਈ ਪੂਰੀ ਆ, ਉਹਦੀ ਚੌੜਾਈ ਇੰਨੀ ਕੁ ਹੁੰਦੀ ਆ, ਇਸ ਤੋਂ ਇੰਚ 1 ਇੰਚ 1.5 ਇੰਚ ਘੱਟ ਹੁੰਦੀ ਆ। ਉਹਦੇ ਕਰਕੇ ਜਿਹੜੀ ਬਹਿਣ ਵਿੱਚ ਪ੍ਰੋਬਲਮ, 50 ਕਿਲੋਮੀਟਰ ਤੋਂ ਬਾਅਦ ਹੀ ਜਿਹੜਾ ਮਗਰ ਬਹਿੰਦਾ ਹੁੰਦਾ ਉਹ ਮੁਸਾਫਰ, ਦੋਸਤ ਮਿੱਤਰ ਜਾਂ ਪਰਿਵਾਰਕ ਮੈਂਬਰ ਥਕਾਨ ਮਹਿਸੂਸ ਕਰਦੇ ਆ। ਪਰ ਇਹ ਜਿਹੜੀ ਸੀਟ ਆ, ਜੇ ਇਹਦੀ ਸੀਟ ਥੋੜ੍ਹੀ ਜਿਹੀ ਉਹ ਚੌੜੀ ਹੋ ਜਾਵੇ, ਤਾਂ ਫਿਰ ਥਕਾਨ ਮਹਿਸੂਸ ਨਹੀਂ ਹੁੰਦੀ, ਜਾਂ ਉਹਦੇ ਉੱਤੇ ਇੱਕ ਐਕਸਟਰਾ ਗੱਦੀ ਲਾ ਕੇ ਅਤੇ ਕਵਰ ਪਾਇਆ ਜਾ ਸਕਦਾ ਵਾ, ਇਹ ਜਿਹਾ ਹੱਲ ਕੀਤੇ ਜਾ ਸਕਦੇ ਆ, ਜਾਂ ਇਹੋ ਜਿਹੀ ਸੀਟ ਪਾਈ ਜਾ ਸਕਦੀ ਆ। ਆਹ ਸੀਟ ਉਹ ਡਬਲ ਸੀਟ ਨਾਲੋਂ ਜ਼ਿਆਦਾ ਕੰਫਰਟੇਬਲ ਆ, ਅਗਲੀ ਵੀ, ਕਿਉਂਕਿ ਜਿਹੜੇ ਸਪਰਿੰਗ ਆ ਉਹ ਵੀ ਇੰਨਾ ਵਧੀਆ ਨਹੀਂ ਕੰਮ ਕਰਦੇ। ਸ਼ਿਮਲੇ ਗਏ ਹਾਂ ਦੋਸਤੋ, 350 ਕਿਲੋਮੀਟਰ ਸੀ, ਅਤੇ ਉਹਦੇ ਵਿੱਚ ਥੋੜ੍ਹਾ ਰਾਹ 50 ਕਿਲੋਮੀਟਰ ਰਾਹ ਖਰਾਬ ਆਇਆ, ਉਹਦੇ ਨਾਲ ਅਗਲਾ ਬੰਦਾ ਵੀ ਥੱਕਦਾ ਸੀ। ਇੱਕ ਇਹ ਉਤਰ ਹੋ ਗਿਆ ਦੋਸਤ। ਦੂਸਰੀ ਗੱਲ ਉਹਨੇ ਕੀਤੀ ਸੀ ਵੀ ਜਿਹੜਾ ਬੁਲਟ ਆ, ਜੇ ਕਿਸੇ ਨੇ ਦੂਰ ਜਾਣਾ ਵਾ, ਲੇਹ ਲੱਦਾਖ ਜਾਣਾ ਵਾ, ਸਪਿਟੀ ਜਾਣਾ ਵਾ, ਜਾਂ ਹੋਰ ਵੀ ਕਿਤੇ ਜਾਣਾ ਵਾ, ਆਪਣੇ ਹੇਮਕੁੰਡ ਸਾਹਿਬ ਵੱਲ ਜਾਣਾ ਵਾ, ਅਤੇ ਉਹ ਜਿਹੜਾ ਬੁਲਟ ਆ ਇਹ ਇੰਨਾ ਲੰਮਾ ਕਾਰਡ ਨਹੀਂ ਕਰਦੇ। ਪਰ ਦੋਸਤੋ ਮੈਂ ਇਹ ਗੱਲ ਦਾ ਬਿਲਕੁਲ ਖੰਡਨ ਕਰਨਾ ਵਾਂ ਵੀ ਲੰਮੀ ਕਾਰਡ ਸਿਰਫ ਬੁਲਟ ਹੀ ਕਰਦਾ, ਹੋਰ ਕੋਈ ਮੋਟਰਸਾਈਕਲ ਨਹੀਂ ਕਰਦਾ। ਬਾਕੀ ਮੋਟਰਸਾਈਕਲ 2-4 ਦਿਨ ਦੀ ਖੇਡ ਹੁੰਦੀ ਆ, 2 ਸਾਲ ਦੀ, 5 ਸਾਲ ਦੀ, 6 ਸਾਲ ਦੀ, 7 ਸਾਲ ਦੀ, ਪਰ ਹੁਣ ਤੁਹਾਡੇ ਸਾਹਮਣੇ ਆ, 14 ਸਾਲ ਹੋ ਗਏ ਮੈਨੂੰ ਚਲਾਉਂਦਿਆਂ ਮੋਟਰਸਾਈਕਲ ਨੂੰ। ਕੋਈ ਇਹਦਾ ਇੰਜਨ ਨਹੀਂ ਹੋਇਆ, ਕੋਈ ਰੰਗ ਨਹੀਂ ਕਰਾਇਆ, ਕੋਈ ਮੈਂ ਇਹਨੂੰ ਆਹ ਨਹੀਂ ਕੀਤਾ, ਕਰੋਮ ਨਹੀਂ ਕੀਤਾ, ਸਿਰਫ ਤੁਹਾਡੇ ਸਾਹਮਣੇ ਬਫਰਿੰਗ ਕੀਤੀ ਆ, ਉਸ ਬਰਾਈਟੋ ਕਰੀਮ ਲਾ ਕੇ ਉਹ ਮੈਂ ਕਰਦਾ, ਉਹਦੇ ਰੈਗੂਲੇਟਰ ਨੂੰ ਧਵਾਈਦਾ ਵਾ, ਸਾਫ਼ ਕਰੀਦਾ ਵਾ, ਅਤੇ ਕੋਈ ਪ੍ਰੋਬਲਮ ਨਹੀਂ ਆ। ਅਤੇ ਹੋਰ ਤੁਸੀਂ ਵੇਖਿਓ, ਲੇਹ ਲੱਦਾਖ ਦੇ 80% ਜਿਹੜੇ ਮੋਟਰਸਾਈਕਲ ਆ ਉਹ ਬੁਲਟ ਹੋਣਗੇ। ਅੱਜ ਕੱਲ੍ਹ ਚਲੋ ਹੁਣ 2010 ਦੇ ਇਹ ਮੋਟਰਸਾਈਕਲ ਬੰਦ ਹੋ ਗਏ ਆ, ਇਹ ਮੋਟਰਸਾਈਕਲ ਦੇ 2010 ਤੱਕ ਆਏ ਸੀ, ਇੱਧਰ ਬ੍ਰੇਕ ਸੀ, ਅਤੇ ਜਿਹੜੇ ਗੇਅਰ ਆ ਆਹ ਸਾਈਡ 'ਤੇ ਸੀ, ਗੇਅਰ ਵੇਖੋ ਆਹ ਗੇਅਰ 'ਚ ਆਹ ਇੱਕ ਐਕਸਟਰਾ ਕਿੱਲੀ ਲਾਈ ਸੀ, ਜਿਹੜੀ ਪੈਰ ਮਾਰੀ ਅਤੇ ਸਾਰੇ ਜਿਹੜੇ ਗੇਅਰ ਆ ਮੋਟਰਸਾਈਕਲ ਨਿਊਟਰਲ ਹੋ ਜਾਂਦਾ ਵਾ, ਇਹ ਹੁਣ ਮਿਸ ਕਰਤੀ ਆ, ਅਤੇ ਜਿਹੜੀ ਹੁਣ ਸ਼ਿਫਟਿੰਗ ਕਰਤੀ ਆ ਗੇਅਰ ਇੱਧਰ ਕਰਤੀ ਆ, ਅਤੇ ਜਿਹੜੀ ਬ੍ਰੇਕ ਆ ਉਹ ਨੋਰਮਲ ਮੋਟਰਸਾਈਕਲ ਕਰਤੀ ਆ, 2010 ਦੇ ਚੇਂਜ ਹੋ ਗਏ ਨੇ ਤਾਂ। ਪਰ ਦੋਸਤੋ ਮੈਂ ਨਾ ਕੋਈ ਪ੍ਰੋਬਲਮ ਨਹੀਂ ਆ, ਇਹ ਮੋਟਰਸਾਈਕਲ 40 ਦੀ ਐਵਰੇਜ ਦੇ ਰਿਹਾ ਵਾ ਹਾਈਵੇ 'ਤੇ, 40, 41, 42 ਇਸ ਤੱਕ ਐਵਰੇਜ ਦੇ ਰਿਹਾ ਵਾ, ਅਤੇ ਜੇ ਮੈਂ ਇਹਨੂੰ ਚਲਾਵਾਂ ਬਿਲਕੁਲ ਲੋਕਲ ਫਿਰ ਇਹ 30-32 ਐਵਰੇਜ ਦਿੰਦਾ ਵਾ, ਅਤੇ ਜੇ ਮਿਕਸ ਹੋਵੇ ਦੂਰ ਵੀ ਅਤੇ ਲੋਕਲ ਵੀ, ਅਤੇ ਫਿਰ ਇਹਦੀ ਜਿਹੜੀ ਐਵਰੇਜ ਆ 35 ਜਾਂ 35+, 35-36 ਇੱਥੇ ਕੀ ਜਾਂਦੀ ਆ। ਮੈਂ ਦੋਸਤੋ ਐਵਰੇਜ ਕੱਢ ਕੇ ਵੇਖ ਲਈ ਆ, ਅੱਜ ਕੱਲ੍ਹ ਜਿਹੜਾ ਰੇਟ ਚੱਲਣ ਡਿਆ ਤੇਲ ਦਾ, 88 ਰੁਪਏ ਰੇਟ ਚੱਲਣ ਡਿਆ ਵਾ, ਇਹਦੇ ਹਿਸਾਬ ਨਾਲ ਜਿਹੜਾ ਤੇਲ ਪੈਂਦਾ ਵਾ, 500 ਰੁਪਏ ਦੇ ਤੇਲ ਵਿੱਚ ਇਹ ਜਿਹੜਾ ਮੋਟਰਸਾਈਕਲ ਚੱਲ ਰਿਹਾ ਵਾ, ਇਹ ਚੱਲ ਰਿਹਾ ਵਾ 200 ਅਤੇ 42 ਕਿਲੋਮੀਟਰ ਅੱਜ ਦੀ ਤਰੀਕ ਵਿੱਚ। ਤੇਲ ਵੱਧਦਾ ਉਹ ਤਾਂ ਫਿਰ ਥੋੜ੍ਹਾ ਜਿਹਾ ਘੱਟ ਜਾਏਗਾ। ਅਤੇ ਇਹ ਦੋਸਤੋ ਦੋ ਮੈਂ ਪ੍ਰਸ਼ਨ ਸੀ ਜਿਹਨਾਂ ਨੂੰ ਉੱਤਰ ਦੇਣੇ ਚਾਹੁੰਦਾ ਸੀ, ਕਿਉਂਕਿ ਇਹ ਜਿਹੜਾ ਮੋਟਰਸਾਈਕਲ ਆ, ਜਿਹੜੇ ਬੰਦੇ ਨੇ ਜਾਂ ਰਾਈਡਰ ਨੇ ਮੋਟਰਸਾਈਕਲ ਲੈਣਾ ਵਾ ਦੂਰ ਲੰਮਾ ਸਮਾਂ ਉਹਨੂੰ ਵਰਤਣਾ ਵਾ, ਫਿਰ ਬੁਲਟ ਨਾਲੋਂ ਪੱਕਾ ਮੋਟਰਸਾਈਕਲ ਕੋਈ ਨਹੀਂ, ਸਾਰਾ ਹੀ ਲੋਹੇ ਦਾ, ਕੁਛ ਨਹੀਂ ਹੁੰਦਾ ਇਹਨੂੰ, ਨਟ ਬੋਲਟ ਢਿੱਲੇ ਜ਼ਰੂਰ ਹੋ ਜਾਂਦੇ ਆ ਕਿਉਂਕਿ ਵਾਈਬ੍ਰੇਸ਼ਨ ਹੁੰਦੀ ਆ। ਅਤੇ ਦੂਜੀ ਗੱਲ, ਜਿਹੜੇ ਆਦਮੀ ਨੇ ਰੇਸ ਇਹਦੀ ਰੱਖਣੀ ਆ 100 ਤੱਕ, ਕੋਈ ਗੱਲ ਨਹੀਂ 100 ਤੱਕ ਜਿਹਨੇ ਚਲਾਉਣਾ ਵਾ, 80 ਤੱਕ ਜਾਂ ਨੋਰਮਲ, ਉਦਾਂ 80 ਤੱਕ ਹੀ ਵੈਸੇ ਮੈਂ ਨੋਰਮਲ ਸਮਝਣਾ ਵੀ ਵਧੀਆ ਜਾਂਦਾ ਵਾ, ਪਰ 100 ਤੱਕ ਵੀ ਜਿਹਨੇ ਚਲਾਉਣਾ ਵਾ ਕੋਈ ਦਿੱਕਤ ਨਹੀਂ ਹੈ। ਅਤੇ ਜਿਹਨੇ ਗਾਂਹ ਜਾਣਾ ਵਾ 120 ਤੋਂ ਤਾਂ ਉੱਥੇ ਤੇ ਜਾਂਦੇ ਨਹੀਂ, ਫਿਰ ਮੋਟਰਸਾਈਕਲ ਜਿਹੜਾ ਵਾ ਉਹ ਹੋਰ ਮੋਟਰਸਾਈਕਲ ਵੱਲ ਉਹ ਜਾ ਸਕਦੇ ਆ, ਡੋਮੀਨਰ ਵੱਲ ਜਾ ਸਕਦੇ ਆ, ਜਾਂ KTM ਵੱਲ ਜਾ ਸਕਦੇ ਆ, ਜਾਂ ਹੋਰ ਵੀ ਮਹਿੰਗੇ ਬਾਈਕਸ ਆਉਂਦੀਆਂ ਵਾ ਉਹਨਾਂ ਵੱਲ ਜਾ ਸਕਦੇ ਆ। ਬਾਕੀ ਜਿਹੜੇ ਜਿੰਨੇ ਸਪੀਡ ਇਹਦੀ 70-80 ਤੇ ਚਲਾਉਣਾ ਵਾ, ਐਵਰੇਜ ਲਾਉਣੀ ਆ 60 ਤੋਂ ਲੈ ਕੇ 80 ਤੱਕ ਜਾਂ 90 ਤੱਕ, ਅਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਆ, ਉਹਦੇ ਵਾਸਤੇ ਸਭ ਤੋਂ ਬੈਸਟ ਮੋਟਰਸਾਈਕਲ ਇਹੀ ਮੋਟਰਸਾਈਕਲ, ਇਹ ਤੋਂ ਬੈਸਟ ਕੋਈ ਨਹੀਂ ਆ। ਮੈਂ ਹੁਣ ਦੋਸਤ ਨੂੰ ਵੇਚਣ ਦਾ ਪ੍ਰੋਗਰਾਮ ਬਣਾਇਆ ਸੀ, ਪਰ ਫਿਲਹਾਲ ਮੈਂ ਰੋਕ ਲਾਤੀ ਆ, ਵੇਚ ਕੇ ਤਾਂ ਮੈਂ ਲੈਣਾ ਬੁਲਟ ਸੀ, ਪਰ ਲੈਣਾ 500 ਸੀਸੀ, ਥੋੜ੍ਹੀ ਜਿਹੀ ਜਿਹੜੀ ਤਾਕਤ ਇੰਜਨ ਦੀ ਵੱਧ ਜਾਣੀ ਸੀ, ਅਤੇ ਬਾਕੀ ਹੋਰ ਵੀ ਵੀਡੀਓ ਬੜੀਆਂ ਤੁਸੀਂ ਵੇਖਦੇ ਜੇ, ਪਰ ਆਹ ਦੋ ਮੈਂ ਵੇਖੀਆਂ ਸੀ ਵੀਡੀਓ, ਅਤੇ ਮੇਰਾ ਮਨ ਨਹੀਂ ਮੈਂ ਜੇ ਉੱਤਰ ਦੇਵਾਂ, ਕਿਉਂਕਿ ਇਹ ਜਿਹੜੇ ਉੱਤਰ ਆ ਥੋੜ੍ਹੇ ਜਿਹੇ ਮੈਨੂੰ ਸਹੀ ਨਹੀਂ ਲੱਗੇ।
ਅਤੇ ਇਸ ਲਈ ਜਿਹੜੇ ਬੰਦੇ ਨੇ ਮੋਟਰਸਾਈਕਲ ਚਲਾਉਣਾ ਵਾ 70-80 ਦੀ ਸਪੀਡ ਅਤੇ 90 ਦੀ ਸਪੀਡ ਤੱਕ ਚਲਾਉਣਾ ਵਾ ਅਤੇ ਉਹਦੇ ਵਾਸਤੇ ਬੁਲਟ ਬੈਸਟ ਆਪਸ਼ਨ ਆ। ਇਹ ਕੋਈ ਗੱਲ ਨਹੀਂ ਗੀ ਵੀ ਜਿਹਨੇ ਭਜਾਉਣਾ ਵਾ, ਜਿਹਨੇ ਬਹੁਤ ਜ਼ਿਆਦਾ ਰੇਸਿੰਗ ਕਰਨੀ ਆ ਉਹ ਨਾਲ ਆਵੇ, ਉਹਦੀ ਗੱਲ ਵੱਖਰੀ ਆ। ਪਰ ਇਹ ਮੋਟਰਸਾਈਕਲ ਬਹੁਤ ਵਧੀਆ ਵਾ ਮੇਰੇ, ਵੇਖੋ ਇਹਨੂੰ ਡਿਸਕ ਬ੍ਰੇਕਾਂ ਵੀ ਨਹੀਂ ਆ, ਅਤੇ ਡਿਸਕ ਬ੍ਰੇਕਾਂ ਤੋਂ ਬਗੈਰ ਮੋਟਰਸਾਈਕਲ ਮੈਂ ਤਾਂ ਵੀ ਕਹਿ ਰਿਹਾ ਵਾਂ ਬ੍ਰੇਕਿੰਗ ਇਫੈਕਟ, ਮੈਂ ਇਹਦੀਆਂ ਵੀ ਡਿਸਕ ਬਣਾ ਲੈਂਦਾ ਵਾਂ। ਜਦੋਂ ਤੇਜ਼ ਮੋਟਰਸਾਈਕਲ ਰੁਕਣਾ ਹੁੰਦਾ ਵਾ, ਅਗਲੀ ਬ੍ਰੇਕ ਦੇ ਨਾਲ ਅਗਲੀ ਬ੍ਰੇਕ ਨੂੰ ਮਿਕਸ ਕਰੀਦਾ ਵਾ ਇਸ ਤਰੀਕੇ ਨਾਲ ਕਿ ਜਿਹੜੀ ਬ੍ਰੇਕਿੰਗ ਆ ਬਹੁਤ ਇਫੈਕਟਿਵ ਹੋ ਜਾਂਦੀ ਆ ਅਤੇ ਕੋਈ ਦਿੱਕਤ ਨਹੀਂ ਆ। ਇਹ ਡਰਮ ਬ੍ਰੇਕਾਂ ਨੇ ਅਤੇ ਅੱਜ ਕੱਲ੍ਹ ਮੈਂ ਵੇਖਣ ਡਿਆ ਡਿਸਕ ਬ੍ਰੇਕਾਂ ਨੂੰ ਵੀ ਖੰਡਿਆ ਜਾ ਰਿਹਾ ਵਾ, ਕਿਉਂਕਿ ਜਲਦੀ 120 ਸਪੀਡ ਕਹੋ ਵੀ ਇਹ ਜਗਦਮ ਕੋਈ ਚੀਜ਼ ਅੱਗੇ ਆ ਗਈ ਅਤੇ 120 ਦੇ ਮੋਟਰਸਾਈਕਲ ਦੀ ਬ੍ਰੇਕਿੰਗ ਕਰਨੀ ਹੈ ਰੋਕਣਾ, ਉਹਦੇ ਮੋਟਰਸਾਈਕਲ ਕਿੱਦਾਂ ਰੁਕ ਜਾਏਗਾ? ਇਹ ਤਾਂ ਹਾਸੋ ਹੀ ਨਹੀਂ ਕਰ ਲਿਆ, ਮੋਟਰਸਾਈਕਲ ਰੁਕ ਹੀ ਨਹੀਂ ਸਕਦਾ, ਭਾਵੇਂ ABS ਬ੍ਰੇਕਾਂ ਲੈ ਲਓ ਕਿੱਦਾਂ ਰੁਕੇ ਮੋਟਰਸਾਈਕਲ। ਜੇ ਦੋਸਤੋ ਵੇਖੋ ਰੋਜ਼ ਦੀਆਂ ਕਿੰਨੀਆਂ ਟੱਕਰਾਂ ਵੱਜ ਰਹੀਆਂ ਵਾ ਅਤੇ ABS ਬ੍ਰੇਕਾਂ ਨਾਲ ਵੱਜ ਰਹੀਆਂ ਵਾ ਕਾਰਾਂ, ABS ਬ੍ਰੇਕਾਂ ਵਾਲੀਆਂ ਜਿਹੜੀਆਂ, ਯਕਦਮ ਦੋਸਤੋ ਕੋਈ ਚੀਜ਼ ਰੁਕਦੀ ਤੁਹਾਨੂੰ ਬਹੁਤ ਖਿਆਲ ਨਾਲ ਜਾਣਾ ਚਾਹੀਦਾ ਵਾ। ਜੇ ਕੋਈ ਯਕਦਮ ਕੋਈ ਚੀਜ਼ ਆ ਗਈ, ਕੋਈ ਮਿਸਹੈਪਨਿੰਗ ਹੋ ਜਾਂਦੀ ਆ ਅਤੇ ਫਿਰ ਤੁਹਾਡੇ ਕਰਮ ਵੀ ਇੱਥੇ ਚੱਲਣੇ ਆ ਅਤੇ ਤੁਹਾਡਾ ਖਿਆਲ ਤਾਂ ਹੈਗਾ ਹੀ ਹੈਗਾ। ਤਾਂ ਦੋਸਤੋ ਇੰਨੀ ਸੇਵਾ ਪ੍ਰਵਾਨ ਕਰੋ ਅਤੇ ਹੋਰ ਵੀ ਕੋਈ ਵੀਡੀਓ ਆਏਗੀ ਇਹਨਾਂ ਲਿੰਕਡ ਕਿਸੇ ਦਾ ਉੱਤਰ ਮੇਰਾ ਮਨ ਕਰੇਗਾ ਵੀ ਦੇਣਾ ਵਾ ਅਤੇ ਮੈਂ ਹੋਰ ਬਣਾਵਾਂਗਾ। ਅਤੇ ਸਤਿ ਸ਼੍ਰੀ ਅਕਾਲ ਜੀ।